ਲੈ ਮੈਂ ਉਹਨਾਂ ਕਮਰਾਂ ਚ ਵੇਂਦੀ ਫਿਰਦੀ, ਮੈਂ ਕਿਹਾ ਪਤਾ ਨੀ ਕਿੱਥੇ ਗਏ ਦੀਦੀ, ਕੀ ਕਰਨ ਡਏ ਜੇ, ਜਾਣਾ ਕਿੱਥੇ ਦਵਿੰਦਰ? ਰੋਣ ਕਿਉਂ ਡਏ ਜੇ ਹੁਣ? ਹੁਣ ਤੇ ਗੌਰਵ ਸੁਖਣਾ ਠੀਕ ਆ। ਉਹੀ ਸੋਚਣ ਡਈ ਆ ਕਿ ਪੈਸੇ ਦੇ ਨਾਲ ਇਨਸਾਨ ਸਾਰੀਆਂ ਖੁਸ਼ੀਆਂ ਨਹੀਂ ਖਰੀਦ ਸਕਦਾ। ਜਿਤਨਾ ਕਮਰਾ ਤਿਆਰ ਕਰਵਾਇਆ ਸੀ ਨਾ, ਤੇ ਗੌਰਵ ਨੇ ਪਹਿਲੇ ਦਿਨ ਹੀ ਕਹਿ ਤਾ ਸੀ ਵੀ ਇੱਥੇ ਨੀ ਮੈਂ ਕਿਸੇ ਨੂੰ ਵੀ ਸੌਣ ਦੇਣਾ, ਇਹ ਕਮਰਾ ਮੇਰਾ ਵਾ। ਜਿੰਨੀ ਵਾਰੀ ਵੀ ਇਸ ਕਮਰੇ ਚ ਕੋਈ ਸਮਾਨ ਰੱਖਣ ਆਉਂਦੀ ਹੈ ਨਾ, ਚੇਤਾ ਆਉਂਦਾ ਉਨੀ ਵਾਰੀ ਵੀ ਜਿੱਦਣ ਦਾ ਇਹ ਕਮਰਾ ਤਿਆਰ ਹੋਇਆ ਨਾ, ਇੱਕ ਦਿਨ ਵੀ ਅਸੀਂ ਚੱਜ ਦੇ ਨਾਲ ਇੱਥੇ ਰਹਿ ਕੇ ਨਹੀਂ ਵੇਖਿਆ। ਚੱਲ ਕੋਈ ਨੀ, ਮੈਂ ਤਾਂ ਕਹਿਣ ਦੀ ਕਿੰਨੇ ਦਿਨ ਹੋ ਗਏ ਆ, ਗੌਰਵ ਮੈਨੂੰ ਜਾਣ ਲੱਗਾ ਵੀ ਨਹੀਂ ਮਿਲਿਆ, ਤੇ ਫੋਨ ਫਾਨ ਆਇਆ ਉਹਦਾ? ਆਹੋ ਫੋਨ ਤੇ ਰੋਜ਼ ਹੀ ਕਰ ਲੈਂਦਾ ਵਾ। ਤੇ ਕਿੱਦਣ ਆਉਣਾ ਉਹਨੇ? ਆ ਜਾਣਾ ਹੁਣ, ਕਹਿੰਦੀ ਇਹਦੇ ਪਾਪਾ ਨੂੰ ਕਿਸੇ ਦਿਨ ਲੈ ਆਵੀਂ ਜਾ ਕੇ। ਤੇ ਰਾਜਵੀਰ ਦਾ ਤੇ ਜੀ ਨਹੀਂ ਲੱਗਣ ਡਿਆ, ਮੇਰਾ ਤੇ ਆਪ ਨਹੀਂ ਲੱਗਣ ਡਿਆ, ਰਾਜਵੀਰ ਨੂੰ ਕੀ ਕਹਿਣਾ ਵਾ। ਕਹਿੰਦਾ ਚਲੋ ਮੈਨੂੰ ਇੰਨਾ ਹੀ ਬੜਾ ਸ਼ੁਕਰ ਆ ਦਵਿੰਦਰ, ਇੰਨਾ ਹੀ ਬੜੀ ਖੁਸ਼ੀ ਆ ਵੀ ਪਰਮਾਤਮਾ ਨੇ ਉਹਨੂੰ ਪਛਾਣ ਮੋੜਤਾ ਵਾ। ਦੇ ਭੈਣ ਜੀ ਵੀ ਕਹਿਣ ਡਈ ਸੀ ਵੀ ਘਰੇ ਹੀ ਰਹਿੰਦਾ ਵੇਖ ਲਾ, ਕਿਤੇ ਨੀ ਮੈਂ ਜਾਣ ਦਿੱਤਾ। ਤੇ ਜਿਹੜੇ ਬੰਦੇ ਨੂੰ ਜ਼ਿਆਦਾ ਹੀ ਆਦਤ ਹੋ ਗਈ ਉਹ ਫਿਰ ਰਹਿ ਨਹੀਂ ਸਕਦਾ। ਨਹੀਂ ਨਹੀਂ ਸੈਂਟਰ ਚ ਵੀ ਬੰਦਾ ਟਾਈਮ ਨਾਲ ਲੈ ਜੇ ਨਾ ਤੇ ਫਿਰ ਹੋ ਜਾਂਦਾ, ਉੱਥੇ ਆ ਜਾ ਮੇਰੇ ਕੋਲ, ਇੱਥੇ ਬੈਠਾ ਨਹੀਂ ਜਾਣ ਡਿਆ। ਪਰਮਾਤਮਾ ਨੇ ਇੱਕ ਨਵੀਂ ਜ਼ਿੰਦਗੀ ਦਿੱਤੀ ਇਹਨੂੰ। ਅੱਛਾ ਘਰ ਦੇ ਵਿੱਚ ਸੁਣ ਮਸਾਨ ਪਈ, ਮੈਂ ਤਾਂ ਅੱਗੇ ਸੋਚਣ ਡਈ ਹਾਂ ਵੀ ਇਹਨੂੰ ਹੁਣ ਕਵਾਂਗੀ ਪੁੱਤ ਆ ਜਾ। ਆਹੋ ਨਹੀਂ ਲੈ ਆ ਹੁਣ, ਕੋਈ ਨੀ ਇੱਥੇ ਆਪਣਾ ਟੀਵੀ ਵੇਖਿਆ, ਮੁੰਡਾਰੇ ਲੱਗਾ ਰਹੂਗਾ। ਤੇ ਉਹ ਰਾਜਵੀਰ ਆਂਦਾ ਵੀਰ ਜੀ ਨਾਲ ਇੱਧਰ ਨੂੰ ਚੱਲ ਜਾਈਦਾ ਸੀ, ਹਾਸੇ ਖੇਡੇ ਕਰਦੇ ਰਹੀਦਾ, ਨਿਆਣਾ ਉਹ ਵੀ ਅੰਦਰ ਹੀ ਸਾਰਾ ਦਿਨ ਸਕੂਲੋਂ ਆਣ ਕੇ ਤੇ ਅੰਦਰੇ ਬੈਠਾ ਰਹਿੰਦਾ ਸੀ। ਮੈਨੇ ਵੀ ਕੱਲ ਪੁੱਛਣ ਡਿਆ ਪੁੱਛਣ ਡਿਆ ਵੀ ਆਉਣਾ ਨੀ ਅਜੇ। ਆਹੋ ਮੈਂ ਅੱਗੇ ਸੋਚਣ ਡਈ ਹਾਂ ਮੈਂ ਵੀ ਚੰਗਾ ਭਲਾ ਸਾਡਾ ਪਰਿਵਾਰ ਰਹਿੰਦਾ ਹੁੰਦਾ ਸੀ, ਅਸੀਂ ਇੱਕ ਘਰ ਚ ਰਹਿੰਦੇ ਹੁੰਦੇ ਹਾਂ, ਇਹੋ ਜਿਹੇ ਅੱਡ ਹੋਏ ਸਾਰੇ ਰਿਸ਼ਤੇ ਤਾੜ ਤਾੜ ਹੋ ਗਏ। ਜੋਬਨ ਨੇ ਥੋੜਾ ਥੋੜਾ ਸਮਝਾਇਆ ਕਰ ਦਵਿੰਦਰ ਵੀ ਆਪਣਾ ਭੈਣ ਭਰਾ ਆਪਣਾ ਹੁੰਦਾ ਵਾ, ਵੀ ਕਿਸੇ ਦੀ ਚੁੱਕਣਾ ਚ ਤਾਂ ਨਹੀਂ ਆ ਗਿਆ। ਉਹ ਨਹੀਂ ਦੀਦੀ, ਚੁੱਕਣਾ ਚੱਕਣਾ ਉਹਨੂੰ ਕੀ ਕਿਸੇ ਨੇ ਦੇਣੀ ਆ, ਆ ਜਿਹੜੇ ਸਮਾਨ ਹੀ ਆ ਨਾ ਇਹ ਤੋਂ ਹੀ ਉਹਦੇ ਮਨ ਚ ਇੰਨੀ ਜ਼ਹਿਰ ਭਰ ਗਈ ਆ। ਡਿਊਟੀ ਜਾਂਦਾ ਵਾ, ਉੱਥੋਂ ਆਪਣੇ ਕੰਮਾਂ ਨਾਲ ਮਤਬਲ ਆ ਸਾਰਿਆਂ ਨੂੰ, ਕੋਈ ਨਹੀਂ ਕਿਸੇ ਨਾਲ ਇੰਨਾ ਵਿਹਲਾ ਵੀ ਜਿਹੜਾ ਇਹੋ ਜਿਹੀਆਂ ਗੱਲਾਂ ਕਰਨੀਆਂ ਵਾ। ਸਰੀਕਾ ਬਰਾਦਰੀ ਹੁੰਦਾ ਵਾ ਇਹੋ ਜਿਹੀਆਂ ਗੱਲਾਂ ਕਰਨ ਨੂੰ, ਤੇ ਲੋਕੀ ਆਪੋ ਆਪਣੀਆਂ ਡਿਊਟੀਆਂ ਕਰਦੇ ਆ ਤੇ ਕਰਕੇ ਘਰ ਆ ਜਾਂਦੇ ਆ। ਚਲੋ ਮੈਂ ਤਾਂ ਨਹੀਂ, ਪਰਮਾਤਮਾ ਮਿਹਰ ਕਰੇ ਸਾਰਾ ਪਰਿਵਾਰ ਆਪੋ ਆਪਣੇ ਘਰ ਹੱਸਦਾ ਵੱਸਦਾ ਹੀ ਨਜ਼ਰ ਆਵੇ। ਮੈਨੂੰ ਤਾਂ ਜ਼ਿੰਦਗੀ ਨੇ ਇੱਕ ਇਹੋ ਜਿਹਾ ਝੂੜਾ ਜਿਹਾ ਦਿੱਤਾ ਵਾ ਨਾ, ਹੁਣ ਸੋਚ ਕੇ ਵੀ ਡਰ ਲੱਗਦਾ ਵਾ। ਚੱਲ ਕੋਈ ਨਹੀਂ, ਫਿਰ ਵੀ ਉਹ ਪਰਮਾਤਮਾ ਦਾ ਸ਼ੁਕਰ ਕਰ ਵੀ ਵੇਲੇ ਸਿਰ ਪਤਾ ਲੱਗ ਗਿਆ ਮੁੜ ਗਿਆ ਮੁੰਡਾ ਤੇਰਾ, ਠੀਕ ਆ, ਟੈਨਸ਼ਨ ਨਾ ਲੈ ਕੋਈ ਨਹੀਂ। ਤੇ ਜਾ ਕੇ ਤੇ ਕਿਸੇ ਦਿਨ ਭਾਜੀ ਨੂੰ ਘੱਲ ਦੇ ਤੇ ਲੈ ਵੀ ਗੌਰਵ ਨੂੰ ਇੱਥੇ, ਤੇ ਕੋਈ ਨਹੀਂ ਉਦਾਂ ਮੰਮੀ ਜੋਬਨ ਨੂੰ ਦਿਨ ਰਾਤ ਵੱਢਦੀ ਰਹਿੰਦੀ ਆ ਵੀ ਆਪਣੇ ਆਪਣੇ ਹੀ ਆ, ਇਹੋ ਜਿਹੀ ਈਰਖਾ ਨਾ ਕਰ। ਸਮਝਾਇਆ ਕਰ ਦਵਿੰਦਰ, ਬਥੇਰਾ ਕਿਉਂਕਿ ਸਮਝਾਉਂਦੇ ਬੰਦੇ ਦੇ ਮਤਲਬ ਦੂਰੀਆਂ ਪੈਂਦੀਆਂ ਪੈਂਦੀਆਂ ਪੈ ਜਾਂਦੀਆਂ ਵਾ, ਤੇ ਜੇ ਉਹ ਇਸ ਚੀਜ਼ ਨੂੰ ਸਮਝ ਜੂਗਾ ਨਾ ਤੇ ਚੰਗੀ ਗੱਲ ਆ। ਚੰਗੀ ਗੱਲ ਆ। ਉਹ ਤੂੰ ਆ ਗਈ, ਲਿਖਪੜ ਕਰੀ ਜਾਨੀ ਆ? ਆ ਗਏ? ਹਾਂ ਪਾਣੀ ਲਿਆਵਾਂ? ਨਹੀਂ ਪਾਣੀ ਲਾਂਗੇ। ਹਾਂ ਮੇਰੀ ਗੱਲ ਸੁਣ, ਆਪਣੀ ਪਾਲਿਸੀ ਕਰਾਈ ਸੀ ਇੱਕ, ਹਾਂਜੀ ਉਹ ਹੋ ਗਈ ਆ ਪੂਰੀ, ਤੇ ਮੈਂ ਕਢਾ ਲਿਆ ਪੈਸੇ। ਮਿਲ ਗਿਆ? ਆਹੋ ਉਹ ਤੇ ਆਉਂਦੇ ਸੀ ਅਜੇ ਠਹਿਰ ਕੇ ਮਿਲਣੇ। ਨਹੀਂ ਉਹ ਮੁੰਡਾ ਦੋਸਤ ਲੱਗ ਪਿਆ ਪਿਆ ਸੀ, ਕਹਿੰਦੇ ਮੇਰੇ ਨਾਲ ਪੜ੍ਹਦਾ ਹੁੰਦਾ ਸੀ, ਅਤੇ ਉਹ ਪਾਲਿਸੀ ਵਿੱਚ ਉੱਥੇ ਏਜੰਟ ਹੋਆ ਪਾਲਿਸੀ ਦਾ, ਉਹ ਮੈਨੂੰ ਕਹਿੰਦਾ ਕਿੱਧਰ ਤੁਰੇ ਫਿਰਦੇ, ਮੈਂ ਇੱਦਾਂ ਪੈਸੇ ਜੇ ਕਢਾਉਣੇ ਯਾਰ, ਉਹ ਪਾਲਿਸੀ ਪੂਰੀ ਹੋਈ ਹੋਈ ਕਹਿੰਦੇ ਨੇ। ਕਹਿੰਦਾ ਚੱਲ ਮੈਂ ਜਾਂਦਾ ਪਾਲਿਸੀ ਮੈਨੇਜਰ ਦੇ ਕੋਲ ਗਏ, ਉਹ ਕਹਿੰਦਾ ਉਦਾਂ ਦਾ ਟਾਈਮ ਲੱਗਣਾ, ਚਲੋ ਤੁਸੀਂ ਲੈ ਜਾਓ ਕੋਈ ਨਹੀਂ। ਅੱਛਾ
ਕਿੰਨੇ ਮਿਲੇ? ਉਹ ਮਿਲ ਗਿਆ ਵਾ 1.5 ਲੱਖ ਰੁਪਈਆ ਨੇ ਫੜ ਰੱਖ ਲੈ ਇਹਨੂੰ ਹੁਣ ਸੰਭਾਲ ਕੇ। ਮੇਰੀ ਗੱਲ ਸੁਣੋ, ਮੈਂ ਸੋਚਣ ਡਈ ਹਾਂ ਪਿੰਡ ਕਿਤੇ ਨਾ ਕਿਤੇ ਅਸੀਂ ਵੀ ਤੇ ਥੋੜੇ ਬਹੁਤੇ ਗਲਤ ਸੀ। ਕਿਹੜੀ ਗੱਲ? ਜੋ ਬੰਦੇ ਨਾਲ ਹੀ ਜਿਹੜੇ ਥੋੜਾ ਬਹੁਤਾ ਹੇਰਾ ਫੇਰੀ ਕੀਤੀ ਆ ਤੇ ਜੋਬਨ ਨੂੰ ਫੇਰ ਹੀ ਗੁੱਸਾ ਚੜਿਆ, ਜਿੱਦਾਂ ਮਰਜ਼ੀ ਵੀ ਆ ਸਾਨੂੰ ਜੋਬਨ ਦੀ ਕੋਠੀ ਪਲਸਤਰ ਕਰਾ ਕੇ ਨਾ ਤੇ ਫਿਰ ਉਹਨੂੰ ਉੱਧਰ ਬਿਠਾਉਣਾ ਚਾਹੀਦਾ ਸੀ। ਅਸੀਂ ਥੋੜੇ ਜਿਹੇ ਪੈਸਿਆਂ ਦੇ ਵਿੱਚ ਲਾਲਚ ਵਿੱਚ ਆ ਗਏ ਤੇ ਕਿਤੇ ਨਾ ਕਿਤੇ ਰੱਬ ਉੱਤੇ ਵੇਂਹਦਾ ਵਾ ਸਾਨੂੰ ਕਿੰਨੇ ਦੇਣੇ ਦੇ ਲੈਣੇ ਪਏ, ਪੁੱਤ ਸਾਡਾ ਊਂ ਬਦਨਾਮ ਹੋਇਆ, ਕਿੰਨਾ ਸਰੀਰ ਖਰਾਬ ਹੋਇਆ ਤੇ ਮੇਰੇ ਦਿਲ 'ਚ ਇੱਕ ਗੱਲ ਆਉਣ ਡਈ ਜੇ ਮੰਨੋ ਤੇ। ਤੂੰ ਸਾਫ਼ ਸਾਫ਼ ਕਹਿ ਕਹਿਣਾ ਕੀ ਚਾਹੁੰਦੀ ਆ? ਮੈਂ ਕਹਿਣਾ ਚਾਹੁੰਦੀ ਹਾਂ ਕਿ ਚਲੋ ਭਾਵੇਂ ਇਹ ਪੈਸੇ ਅਸੀਂ ਥੋੜ੍ਹੀ ਥੋੜ੍ਹੀ ਕਰਕੇ ਪੋਲਸੀਆਂ ਤਾਰਦੇ ਰਹੇ, ਜਿੱਦਾਂ ਮਰਜ਼ੀ ਤਾਰਦੇ ਤੇ ਸਾਂਝੇ ਘਰ 'ਚ ਹੀ ਰਹੇ ਹਾਂ ਨਾ। ਇੱਕ ਗੱਲ ਆਖਾਂ, ਬਥੇਰਾ ਦਿੱਤਾ ਰੱਬ ਨੇ ਸਾਨੂੰ ਤੇ ਗਾਹਾਂ ਦੇਣਾ ਵਾ, ਅਸੀਂ ਨਾ ਇਹ ਪੈਸੇ ਦਵਿੰਦਰ ਹੋਣਾ ਨੂੰ ਦੇ ਦਈਏ, ਆਪਣੀ ਕੋਠੀ ਪਲਸਤਰ ਕਰਾ ਲੈਣਗੇ, ਪਤਾ ਨਹੀਂ ਕਿਹਦੀਆਂ ਬਦ ਦਵਾਈਆਂ ਲੱਗੀਆਂ ਵਾ, ਜਿਹੜਾ ਅਸੀਂ ਇੰਨਾ ਦੁੱਖ ਪਾਇਆ ਤੇ ਸਾਡੇ ਪੁੱਤ ਨੇ ਕਿੰਨਾ ਪਾਇਆ, ਪਤਾ ਨਹੀਂ ਕਿਹਦੇ ਪੈਰਾਂ ਪਿੱਛੇ ਰੱਬ ਨੇ ਉਹਨੂੰ ਮੋੜਿਆ ਵਾ। ਗੱਲ ਗਾਂਦਾ ਸਾਹਿਬ ਮੰਨ ਤਾਂ ਨਹੀਂ ਕਰਦਾ ਜਿੱਦਾਂ ਕੀਤਾ ਉਹਨਾਂ ਵੀ ਉਹਨਾਂ ਨੂੰ ਕੋਈ ਮੈਂ 2 ਰੁਪਈਆ ਵੀ, ਪਰ ਜੇ ਤੂੰ ਕਹਿੰਦੀ ਆ ਨਾ ਚਲੋ ਕੀ ਉਹਦਾ ਰੱਬ ਕਿਹੜਾ ਰੰਗਾਂ 'ਚ ਰਾਜੀ, ਤੂੰ ਹੁਣ ਕਹਿੰਦੀ ਆ ਤਾਂ ਦੇ ਦੇ ਵੇਖ ਲਾ ਮਰਜ਼ੀ। ਕੋਈ ਗੱਲ ਨਹੀਂ, ਪਤਾ ਕੀ ਆ ਮਨ ਤੇ ਮੇਰਾ ਵੀ ਨਹੀਂ ਕਰਦਾ, ਚਲੋ ਕਈਆਂ ਗੱਲਾਂ ਦਾ ਮਨ ਦੇ ਵਿੱਚ ਗੁੱਸਾ ਵੀ ਹੈਗਾ ਵਾ, ਪਰ ਕਹਿੰਦੇ ਆ ਵੀ ਹੱਕ ਦਾ ਹੀ ਖਾਣਾ ਚਾਹੀਦਾ। ਅਸੀਂ ਥੋੜੇ ਜਿਹੇ ਨਾ ਭਟਕ ਗਏ ਸੀ ਲਾਲਚ ਵਿੱਚ ਆਣ ਕੇ, ਪਰ ਮੈਨੂੰ ਕੁਛ ਨਹੀਂ ਚਾਹੀਦਾ, ਮੈਂ ਸੋਚ ਲਿਆ ਹੁਣ ਵੀ ਜਿਹੜਾ ਹੱਕ ਹੋਊਗਾ ਉਹੀ ਖਾਣਾ ਵਾ, ਆਪਾਂ ਇਹ ਪੈਸੇ ਉਹਨਾਂ ਨੂੰ ਦੇ ਦਈਏ, ਇੰਨੇ ਕੁ 'ਚ ਉਹਨਾਂ ਦੀ ਕੋਠੀ ਵੀ ਪਲਸਤਰ ਹੋ ਜਾਣੀ ਤੇ ਸਾਰੀ ਉਮਰ ਦਾ ਮਿਹਣਾ ਵੀ ਲੱਥ ਜੂਗਾ, ਭੈਣ ਪੰਮੀ ਨੂੰ ਬੁਲਾਵਾਂਗੇ ਤੇ ਉਹਦੇ ਹੱਕ ਤੇ ਧਰਾਂਗੇ। ਜੇ ਤੂੰ ਕਹਿੰਦੀ ਆ ਨਾ ਕਿ ਇਹਦੀਆਂ ਕਿਸ਼ਤਾਂ ਜਿਹੜੀਆਂ ਵਾ ਸਾਂਝੇ ਘਰ ਤੋਂ ਤਰੀਆਂ, ਪਰ ਤੂੰ ਕੀ ਜਾਣਦੀ ਆ ਇਸ ਘਰ ਵਿੱਚ ਮੈਂ ਕਿੰਨੀ ਹੱਡ ਤੋੜਵੀ ਮਿਹਨਤ ਕੀਤੀ ਆ, ਕਿੱਦਾਂ ਪੋਰੀਆ ਪੋਰੀਆ ਕਰਕੇ ਇਕੱਠੇ ਕਰ ਕਰਕੇ ਮੈਂ 20 ਸਾਲਾਂ ਤੋਂ ਜਮ੍ਹਾਂ ਕਰਨ ਡਿਆ। ਤੇ ਪਤਾ ਵਾ ਮੈਨੂੰ, ਮੈਂ ਕਿਹਦਾ ਜਾਣਦੀ ਨਹੀਂ ਜਾਣਦੀ ਆ, ਪਰ ਮੈਂ ਫੇਰ ਕਹਿੰਦੀ ਆ ਵੀ ਗਾਂ ਇੱਦਾਂ ਦੀ ਕੋਈ ਵੀ ਹੇਰਾ ਫੇਰੀ ਸਾਡੇ ਧੀਆਂ ਪੁੱਤਾਂ ਦੇ ਗਾੜੀ ਨਾ ਆਵੇ। ਚਲੋ ਮਰਜ਼ੀ ਆ ਤੇਰੀ, ਕਰ ਲਓ ਜਿੱਦਾਂ ਕਰਨਾ। ਗੱਲ ਤੇ ਇਹਨਾਂ ਦੀ ਵੀ ਠੀਕ ਆ, ਜੇ ਸਾਂਝੇ ਘਰ ਦੇ ਵਿੱਚ ਥੋੜੀਆਂ ਬਹੁਤੀਆਂ ਕਿਸ਼ਤਾਂ ਤਾਰ ਵੀ ਦਿੱਤੀਆਂ ਹੋਣਗੀਆਂ ਤੇ ਸਾਂਝੇ ਘਰ ਦੇ ਵਿੱਚ ਅਸੀਂ ਕਮਾਈ ਵੀ ਬੜੀ ਕੀਤੀ, ਜ਼ਿੰਮੇਵਾਰੀਆਂ ਵੀ ਬਿੰਡੀਆਂ ਨਿਭਾਈਆਂ ਵਾ, ਤਾਂ ਨਹੀਂ ਛੋਟਿਆਂ ਦੇ ਢਿੱਡਾਂ ਵਿੱਚ ਕਿਉਂ ਇਹ ਗੱਲ ਆ ਜਾਂਦੀ ਆ ਵੀ ਇਹਨਾਂ ਨੇ ਆਪਣਾ ਬਣਾ ਲਿਆ, ਉਹ ਕਰ ਲਿਆ, ਜੇ ਕਰ ਲਿਆ, ਜਿਹੜੀਆਂ ਸਾਰੀ ਉਮਰ ਇੰਨੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆ ਇੰਨਾ ਘਰ 'ਚ ਕੰਮ ਕਰਦੇ, ਇਹਦਾ ਕੋਈ ਨਾ ਹੀ ਨਹੀਂ। ਬਸ ਫੋਨ 'ਚ ਹੀ ਵੜਿਆ ਰਹਿੰਦਾ ਤੂੰ ਤੇ। ਉਹ ਨਹੀਂ ਨਹੀਂ ਬੋਈ, ਫੋਨ ਤਾਂ ਮੈਂ ਹੁਣੇ ਫੜਿਆ ਸੀ, ਫੋਨ ਵੇਖ ਵੇਖ ਕੇ ਮੈਂ ਤਾਂ ਥੱਕ ਹੀ ਗਿਆ ਵਾਂ। ਅਤੇ ਮੇਰੀ ਗੱਲ ਸੁਣੋ, ਚਾਹ ਨਹੀਂ ਬਣਾਈ ਘੁੱਟ? ਨਹੀਂ ਚਾਹ ਤਾਂ ਨਹੀਂ ਬਣਾਈ। ਬਣਾ ਲੈਂਦੇ ਹਾਂ, ਮੇਰਾ ਬੜਾ ਜੀ ਕਰਨ ਡਿਆ ਚਾਹ ਨੂੰ। ਤੂੰ ਇੱਦਾਂ ਕਰ ਵੀ ਚਾਹ ਥੋੜ੍ਹੀ ਘੱਟ ਪੀਆ ਕਰ ਅਤੇ ਮੈਂ ਤੈਨੂੰ ਨਾ ਦੁੱਧ ਗਰਮ ਕਰ ਦਿੰਦੀ ਹਾਂ ਅਤੇ ਦੁੱਧ ਪੀ। ਚਲੋ ਕਰ ਦਿਉ ਫਿਰ ਗਲਾਸ ਗਰਮ ਦੁੱਧ ਦਾ। ਹਾਂ ਮੈਂ ਕਰਦੀ ਹਾਂ ਦੁੱਧ ਦਾ ਗਲਾਸ। ਤੁਸੀਂ ਕਰ ਦਿਉ ਗਰਮ, ਮੈਂ ਮਾੜਾ ਬਾਹਰ ਤੁਰ ਫਿਰ ਲਵਾਂ। ਬਾਹਰ ਕਿੱਥੇ? ਉਹ ਕਿਤੇ ਨਹੀਂ ਜਾਂਦਾ, ਅੰਦਰ ਬਹਿ ਬਹਿ ਕੇ ਮੈਂ ਥੱਕ ਗਿਆ ਵਾਂ, ਇੱਥੇ ਬਾਹਰ ਵਿਹੜੇ 'ਚ ਹੀ ਹਾਂ ਜਾਂ ਆਪਣੇ ਰਾਹ 'ਤੇ ਹੀ ਹਾਂ। ਚੰਗਾ।
ਓ ਪਰਮਜੀਤ ਕਿੱਥੇ ਆ? ਇੱਧਰ ਆ। ਹਾਂਜੀ। ਗੋਰਾ ਕਿੱਥੇ ਆ? ਗੋਰਾ ਇੱਥੇ ਹੀ ਹੁਣੇ ਬਾਹਰ ਨੂੰ ਗਿਆ, ਮੈਨੂੰ ਆਖਣਾ ਕੋਈ ਦੁੱਧ। ਬਾਹਰ ਨੂੰ ਕਿੱਧਰ ਆ? ਆ ਰਾਹ ਤੇ ਗਿਆ ਸੀ। ਰਾਹ ਤੇ ਨੀ, ਉਹ ਖਲੋਤਾ ਉਹ ਲਾਗੇ ਨੇ ਅਮਲੀ ਦੇ, ਜਿਹੜਾ ਪਿੰਡ ਦਾ ਅਕਰਮ ਨੇ ਛੇੜੀ ਉਹ ਖਲੋਤਾ ਈ ਉਹ। ਤੈਨੂੰ ਮੈਂ ਆਖਿਆ ਨਾ ਵੀ ਇਹਨੇ ਆਪਣੀ ਆਦਤਾਂ ਬਾਹਰ ਹੀ ਹੋਣਾ, ਤੂੰ ਫੇਰ ਥੇ ਲਿਆਂਦਾ ਇਹਨੂੰ। ਉਹਨੇ ਘਰ ਘਰ ਜਾ ਕੇ ਨਾ ਭੰਡਣੀ ਕਰਨੀ ਆ ਵੀ ਉਹ ਹੀ ਉਹ ਗਾਮੇ ਦੇ ਸਹੁਰਿਆਂ ਤੋਂ ਆਇਆ ਅਮਲੀ, ਉੱਥੇ ਬੈਠਾ ਹੁੰਦੇ ਰਾਹ ਦੇ। ਨਹੀਂ ਪਰ ਤੂੰ ਮੇਰੀ ਗੱਲ ਮੰਨਦੀ ਨੀ ਆ, ਉਹਦੇ ਲਈ ਖਲੋਤਾ ਕੀ ਕਰਦਾ ਵਾ ਛੇੜੀ ਲਾ ਕੇ? ਫਿਰ ਤੇਰੇ ਮੈਂ ਪਹਿਲੋਂ ਆਖਿਆ ਸੀ ਨਾ ਕਿ ਮੁੰਡਾ ਇੱਥੇ ਨਾ ਵਾੜ, ਉਹਨੇ ਘਰ ਘਰ ਜਾ ਕੇ ਨਾ ਭੰਡਣੀ ਕਰਨੀ ਤੇਰੀ ਰੱਖੀ ਇਹਨੇ, ਉੱਥੇ ਲਾ ਕੇ ਖਲੋਤਾ ਕਰਦਾ ਸੀ, ਕੋਈ ਸਮਾਨ ਲੈਣ ਡਿਆ ਸੀ ਉਹ। ਹਾਏ ਮੇਰੀ ਕਿਉਂ ਨੀ ਸੁਣਦੇ ਤੁਸੀਂ, ਹੌਲੀ ਬੋਲੋ, ਮੁੰਡਾ ਸੁਣ ਨਾ ਲਵੇ, ਤੁਸੀਂ ਤੇ ਐਵੇਂ ਰੌਲਾ ਪਾਈ ਚਲੇ ਜਾਂਦੇ। ਉਦਣ ਦਾ ਮੁੰਡਾ ਘਰੇ ਹੀ ਆ, ਕਿਹੜਾ ਘਰੋਂ ਬਾਹਰ ਗਿਆ ਕਿਤੇ, ਤੁਸੀਂ ਤੇ ਐਵੇਂ ਫਾਟੀ ਨਾ ਲਾ ਦਿੱਤਾ। ਜੇ ਕੋਈ ਆਣ ਕੇ ਲਾਗੇ ਖਲੋ ਜੇ ਤੇ ਕੀ ਆਖੇ ਵੀ ਮੈਨੂੰ ਕਵਾਉਣਾ ਨੀ ਆ? ਬੰਦਾ ਖਲੋਵੇ ਹੋਰ ਗੱਲ ਆ, ਅਮਲੀ ਲਾਗੇ ਮਤਲਬ ਲਿਆ ਕੀ ਆ? ਤੇ ਸਮਾਨ ਲੈਣਾ ਫੇਰ ਖਲੋਤਾ ਲੱਗੇ ਜੇ? ਮੈਂ ਨੀ ਅਮਲੀਆਂ ਕੋਲ ਕੰਮ ਕੀ ਹੁੰਦਾ ਅਮਲੀਆਂ ਨੂੰ? ਮੈਂ ਆਪੇ ਆਉਂਦਾ ਵਾ ਨਾ ਤੇ ਪੁੱਛ ਲੈਨੀ ਆ, ਉਹ ਮੁੰਡਾ ਨੀ ਏਦਾਂ ਦਾ ਹੈਗਾ, ਤੁਸੀਂ ਬਾਰ ਬਾਰ ਇੱਕੋ ਗੱਲ ਨਾ ਕਰੋ। ਮੇਰੀ ਗੱਲ ਸੁਣੋ, ਗੌਰਵ ਏਦਾਂ ਦਾ ਹੈ ਨਹੀਂ ਆ, ਤੁਸੀਂ ਐਵੇਂ ਗਰਮ ਹੋਈ ਚਲੇ ਜਾਂਦੇ ਹੀ ਹੋ। ਮੈਂ ਬਹੁਤੀਆਂ ਗੱਲਾਂ ਨੀ ਜਾਣਦਾ, ਇਹਦਾ ਬੋਰੀ ਬਿਸਤਰਾ ਬੰਨ ਤੇ ਉੱਥੇ ਵਾੜ, ਉਸ ਤੋਂ ਪਹਿਲਾਂ ਵੀ ਸਾਡੀ ਬਦਨਾਮੀ ਕਰਾਵੇ। ਮੈਂ ਤੇ ਨੀ ਕਹਿਣਾ ਮੁੰਡੇ ਨੂੰ, ਤੂੰ ਹੀ ਨਾਲ ਚੱਲ ਇੱਥੋਂ। ਜੇ ਕਰ ਲੂਗਾ ਤੇ ਮੈਂ ਆਪੇ ਨਜਿੱਠ ਲੂੰਗੀ, ਨਹੀਂ ਕਰਦਾ ਉਹ। ਫਿਰਦੀ ਵੱਡੀ ਏ, ਹਾਏ ਰੱਬਾ, ਕਿਸੇ ਦਾ ਧੀ ਪੁੱਤ ਨਸ਼ੇ ਤੇ ਨਾ ਲੱਗੇ, ਬਗਾਨੇ ਤੇ ਕੀ ਆਪਣੇ ਵੀ ਨਹੀਂ ਚੱਲਦੇ ਮੁੜ ਕੇ। ਆ ਗਿਆ ਮੇਰਾ ਪੁੱਤ, ਚੱਲ ਬਹਿ ਇੱਥੇ, ਮੈਂ ਦੁੱਧ ਲਿਆਵਾ ਗਰਮ ਕਰ। ਨਹੀਂ ਭੂਈ ਜੀ, ਮੈਂ ਨਹੀਂ ਦੁੱਧ ਪੀਣਾ, ਮੈਂ ਸਭ ਕੁਛ ਸੁਣ ਲਿਆ ਵਾ। ਤੁਸੀਂ ਮੇਰੇ ਕੱਪੜੇ ਕੱਢੋ ਤੇ ਬੈਗ 'ਚ ਪਾ ਦਿਓ, ਮੈਂ ਅੱਜ ਹੀ ਪਿੰਡ ਜਾਣਾ ਵਾ। ਲੈ ਪੁੱਤ, ਤੂੰ ਤੇ ਐਵੇਂ ਗੁੱਸਾ ਕਰ ਲੈਂਦਾ, ਤੈਨੂੰ ਪਤਾ ਵੀ ਆ ਫੁੱਫੜ ਤੇਰੇ ਦੇ ਸੁਭਾਅ ਦਾ, ਉਹਦੇ ਝੱਟ ਹੀ ਕਾਲਾ ਪੈ ਜਾਂਦਾ। ਨਹੀਂ ਨਹੀਂ, ਗੁੱਸੇ ਵਾਲੀ ਗੱਲ ਨਹੀਂ ਆ, ਤੁਸੀਂ ਮੇਰੇ ਕੱਪੜੇ ਕੱਢ ਦਿਓ ਤੇ ਮੈਂ ਜਾਣਾ ਵਾ। ਨਹੀਂ ਨਹੀਂ, ਕਿਤੇ ਨਹੀਂ ਜਾਣਾ, ਜਦੋਂ ਮੈਂ ਨਹੀਂ ਕੋ ਖਾਂਦੀ ਤੇ ਤੂੰ ਕਿੱਥੇ ਜਾਣਾ? ਕੋਈ ਗੱਲ ਨਹੀਂ, ਮੈਂ ਉਹਨੇ ਆਪੇ ਠੰਡਾ ਹੋ ਜਾਣਾ ਸਾਹਮਣੇ। ਪਰ ਮੈਂ ਸਭ ਕੁਝ ਸੁਣ ਲਿਆ ਵਾ, ਜੇ ਫੁੱਫੜ ਨੂੰ ਨਹੀਂ ਚੰਗਾ ਲੱਗਦਾ ਤੇ ਫਿਰ ਮੈਂ ਚੱਲ ਜਾਂਦਾ ਵਾ, ਮੈਂ ਕੋਈ ਰਹਿਣ ਡਿਆ ਇੱਥੇ, ਮੈਨੂੰ ਉਧਰ ਹੀ ਦੱਸ ਦਿੰਦੇ, ਮੈਂ ਆਉਂਦਾ ਹੀ ਨਾ। ਤੇਰੇ ਭਲੇ ਲਈ ਕਹਿਣ ਡਏ ਆ ਵੀ ਨਾ, ਹੁਣ ਮੇਰੀ ਗੱਲ ਸੁਣ ਪੁੱਤ, ਤੂੰ ਸਾਡੀ ਜ਼ਿੰਮੇਵਾਰੀ ਆ। ਤੇ ਮੈਂ ਤੇ ਉਦਾਂ ਅੰਕਲ ਲਾ ਕੇ ਖਲੋਤਾ ਸੀ, ਮੇਰੀ ਵੀ ਸੁਣੇਗਾ? ਮਹਾ ਹੀ ਤੇਰੀ ਮਾਂ ਨੇ ਤੈਨੂੰ ਠੀਕ ਕੀਤਾ ਵਾ, ਕਿੰਨੇ ਉਹਨੇ ਪਾਪੜ ਵੇਲੇ ਕਿੱਦਾਂ ਉਹਨੇ ਤੈਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਾਇਆ। ਮੈਂ ਤੁਹਾਡੀ ਗੱਲ ਮੰਨਦਾ ਹਾਂ, ਪਰ ਜਦੋਂ ਮੈਂ ਗਲਤ ਨਹੀਂ ਆ ਤੇ ਮੈਂ ਕੋ ਗੱਲਾਂ ਸੁਣਾ? ਲੈ ਹਾਂ ਦੱਸ, ਹਾਂ ਕਿੱਦਾਂ ਦੀ ਗੱਲ ਹੋਈ? ਬਹਿ ਇੱਥੇ, ਬਹਿ ਸੁਣ ਮੇਰੀ ਗੱਲ, ਮੇਰੀ ਗੱਲ ਸੁਣ ਪੁੱਤ, ਤੇਰੇ ਮਾਂ ਪਿਓ ਨੇ ਕਿੰਨੇ ਪੈਸੇ ਲਾਏ ਤੇਰੇ ਤੇ, ਕਿੰਨਾ ਤੇਰਾ ਇਲਾਜ ਕਰਾਇਆ ਵਾ, ਸਾਡੀ ਜ਼ਿੰਮੇਵਾਰੀ ਤੇ ਉਹ ਇੱਥੇ ਛੱਡ ਕੇ ਗਏ ਆ, ਤੇ ਫੁੱਫੜ ਤੇਰਾ ਤੇ ਇਹ ਡਰਦਾ ਵਾ ਵੀ ਕਿਤੇ ਫੇਰ ਨਾ ਉਹ ਦਲਦਲ ਦੇ ਵਿੱਚ ਇਹ ਫਸ ਜੇ। ਸਾਰੀ ਬਦਨਾਮੀ ਪੁੱਤ ਸਾਡੇ ਸਿਰ ਆਉਣੀ ਆ, ਤੇ ਵੀਰ ਜੀ ਹੁਣਾਂ ਨੇ ਕਹਿਣਾ ਵਾ ਇਹਨਾਂ ਗੌਰਵ ਦਾ ਚੰਗੀ ਤਰ੍ਹਾਂ ਧਿਆਨ ਨਹੀਂ ਰੱਖਿਆ, ਤੇ ਉਹ ਤੇ ਇਸ ਕਰਕੇ ਆਉਂਦੇ ਆ, ਉਹ ਵੀ ਡਰਦੇ ਆ, ਤੈਨੂੰ ਪਤਾ ਹੀ ਆ ਜਿਹੜੀ ਗੱਲ ਹੈਗੀ ਆ ਵਿੱਚੋਂ। ਉਹ ਮੈਂ ਸਮਝਦਾ ਵਾਂ ਭੂਈ, ਮੈਂ ਕਿਹੜਾ ਨਿਆਣਾ ਵਾਂ, ਮੈਂ ਤਾਂ ਹੀ ਤੁਹਾਨੂੰ ਕਹਿੰਦਾ ਮੈਂ ਗੁੱਸਾ ਨਹੀਂ ਕੀਤਾ, ਮੇਰਾ ਨਾ ਹੁਣ ਉੱਦਾਂ ਵੀ ਇੱਥੇ ਰਹਿ ਰਹਿ ਕੇ ਮਨ ਅੱਕ ਗਿਆ ਵਾ, 2 ਹਫ਼ਤੇ ਹੋ ਗਏ ਮੈਨੂੰ ਇੱਥੇ ਆਏ ਨੂੰ, ਹੁਣ ਮੇਰਾ ਮੰਮੀ ਕੋਲ ਜਾਣ ਨੂੰ ਜੀ ਕਰਦਾ ਵਾ, ਮੇਰਾ ਇੱਥੇ ਨੂੰ ਜੀ ਜਾ ਨਹੀਂ ਲੱਗਦਾ, ਮੈਂ ਤਾਂ ਕਹਿਣ ਡਿਆ ਸੀ ਤੁਸੀਂ ਕੱਪੜੇ ਪਾ ਦਿਓ ਅਤੇ ਮੈਂ ਸ਼ਾਮਾਂ ਨੂੰ ਪਿੰਡ ਚੱਲ ਜਾਂ। ਹਾਏ ਹਾਏ ਰੱਬਾ, ਇਹ ਵੀ ਨਾ ਬੋਲਣ ਲੱਗੇ ਕੁਛ ਸੋਚਦੇ ਨਹੀਂ ਆ, ਜੋ ਮੂੰਹ 'ਚ ਆਉਂਦਾ ਦਵਾ ਦਵ ਕਹਿ ਦਿੰਦੇ ਆ, ਮੁੰਡਾ ਹੁਣ ਸਿਆਣਾ ਹੋਇਆ ਵਾ।
ਪੈ ਗਈ ਠੰਡ ਹੁਣ ਤੁਹਾਨੂੰ? ਤੁਸੀਂ ਬੋਲਣ ਲੱਗੇ ਵਹਿੰਦੇ ਨੀ ਅੱਗਾ ਪਿੱਛਾ। ਜੇ ਨਿਆਣਾ 4 ਦਿਨ ਆ ਹੀ ਗਿਆ ਸੀ ਤੇ ਕੀ ਆਹਰ ਆ ਗਈ ਸੀ ਤੁਹਾਡੇ ਭਾਅ ਦੀ? ਤੁਸੀਂ ਤੇ ਉਹ ਗੱਲ ਅੱਗਾ ਪਿੱਛਾ ਉਹਦਾ ਬੋਲ ਕੇ ਰੱਖ ਦਿੱਤਾ ਵਾ। ਨਾਲੇ ਹੋ ਗਿਆ, ਮੁੰਡੇ ਨੇ ਸਾਰੀਆਂ ਗੱਲਾਂ ਸੁਣ ਲਈਆਂ ਤੁਹਾਡੀਆਂ ਜਿਹੜੀਆਂ ਤੁਸੀਂ ਕਹਿਣ ਡਏ ਸੀਗੇ। ਹੁਣ ਕੀ ਦੱਸੂਗਾ ਆਪਣੇ ਪਿਓ ਨੂੰ ਜਾ ਕੇ ਵੀ ਮੇਰੇ ਫੁੱਫੜ ਨੇ ਇਦਾਂ ਆਖਿਆ ਵਾ? ਤੁਸੀਂ ਕੋਈ ਛੱਡੀ ਗੱਲ ਕਰਨ ਵਾਲੀ ਜਿਹੜੀ ਨਾ ਕੀਤੀ ਹੋਊਗੀ। ਅਗਲਾ ਝੋਲੇ 'ਚ ਲੀੜੇ ਪਾਉਣ ਡਿਆ ਵਾ ਵੀ ਮੈਂ ਚੱਲ ਜਾਣਾ ਵਾ। ਮੈਂ ਤੇ ਕੋਈ ਸਿਰ ਚੁੱਕ ਕੇ ਆਪਣੇ ਰੱਖਿਆ ਸੀਗਾ ਵੀ ਚੱਲ ਮੇਰਾ ਭਤੀਆ ਵਾ ਇੱਥੇ ਰਹੂ 4 ਦਿਨ, ਨਸ਼ੇ ਤੋਂ ਬਚਿਆ ਰਹੂਗਾ। 10-15 ਦਿਨ ਰੱਖਿਆ, ਸਾਰੀ ਕੀਤੀ ਕਰਾਈ, ਸਿਰ 'ਚ ਸਵਾਹ ਪਾ ਦਿੱਤੀ। ਤੁਸੀਂ ਮੇਰੇ ਕੀ ਦੱਸੂਗਾ ਉਹ? ਕੀ ਦੱਸੂ ਜਾ ਕੇ, ਜੇ ਤੈਨੂੰ ਬਹੁਤਾ ਇਹ ਜਾਂਦਾ ਨਾ ਤੇ ਪਾ ਲੀਡਰ ਚੱਲ ਤੂੰ ਵੀ ਤੇ ਤਰਬਾਜ ਉੱਥੋਂ। ਤੈਨੂੰ ਪਤਾ ਪਿੰਡ 'ਚ ਕਿੰਨੀ ਬਣੀ ਮੈਂ ਤੇ ਕਿੰਨੀ ਨਾਂ ਕਮਾਇਆ ਮੈਂ, ਹਰ ਘਰ ਜਾਂਦਾ ਮੈਂ ਘਰ ਘਰ, ਲੋਕੀ ਕੀ ਸਿਰ 'ਚ ਸਵਾਹ ਪਾਉਣਗੇ ਵੀ ਇਹਨਾਂ ਦਾ ਅਮਲੀ ਤੁਰਿਆ ਫਿਰਦਾ ਭਤੀਆ ਇਹਦਾ। ਮੇਰੀ ਗੱਲ ਸੁਣ ਲਓ, ਤੁਸੀਂ ਜਿੱਦਾਂ ਮਰਜ਼ੀ ਕਹੀ ਜਾਓ, ਜੇ ਉਹ ਮਾੜਾ ਮੋਟਾ ਨਸ਼ੇ ਤੇ ਲੱਗ ਵੀ ਗਿਆ ਸੀ ਨਾ ਤੇ ਉਹ ਸੁਧਰ ਵੀ ਗਿਆ ਵਾ। ਇਹ ਨਹੀਂ ਸੁਧਰ ਦਿੰਦੇ ਅਮਲੀ, ਮੈਂ ਇੱਥੇ 100 ਵੇਖਿਆ, ਇਹ ਇਕੱਲਾ ਨਹੀਂ ਆ। ਉਹ ਸੁਧਰ ਕੇ ਦੱਸੂਗਾ, ਮੈਨੂੰ ਯਕੀਨ ਆ ਪੂਰਾ ਉਹ ਸੁਧਰ ਗਿਆ ਵਾ। ਮੈਂ ਆ ਵੇਖ, ਸੁਧਰ ਦੱਸੀ ਮੈਨੂੰ ਫਿਰ, ਮੈਂ ਵੇਖ ਲਈ ਭਾਵੇਂ। ਜੇ ਤੈਨੂੰ ਬਹੁਤਾ ਹੇਜ ਵਾ ਨਾ ਇਹਦਾ ਤੇ ਲੀੜੇ ਪਰ ਨਾਲ ਹੀ ਜਾ ਦਫਾ ਹੋ ਇਹਦੇ। ਇਹ ਤੇਰੇ ਵਰਗੇ ਦੇ ਭਾਂਡੇ ਵੇਚ ਜਾਂਦੇ, ਭਾਂਡੇ ਪਤਾ ਨਹੀਂ ਲੱਗਣ ਦਿੰਦੇ। ਤੁਸੀਂ ਵੀ ਹੱਦ ਹੀ ਕਰਦੇ ਹੀ ਹੋ, ਮੇਰਾ ਭਤੀਜਾ ਐਡਾ ਵਾਧੂ ਨਹੀਂ ਆਇਆ ਤੇ ਨਾਲੇ ਉਹਦਾ ਕਿਹੜਾ ਘਰ ਬਾਹਰ ਨਹੀਂ ਆ ਵੀ ਜਿਹੜਾ ਉਹ ਇੱਥੇ ਉਹਨਾਂ ਨੇ ਧੱਕਿਆ ਵਾ, ਸਭ ਕਾਹੇ ਵਾਲਾ ਵਾ। ਉਹ ਤੇ ਜਰਾ ਕੁ ਉਹਨਾਂ ਨੇ ਮੁਸੀਬਤ ਦੇ ਮਾਰਿਆ ਨੇ ਵੀ ਘਰ 'ਚ ਹੀ ਸੰਨ ਲੱਗੀ ਆ ਤੇ ਉਹਦੇ ਤੋਂ ਬਚਿਆ ਰਵੇ, ਪਰ ਤੂੰ ਵੀ ਨਾ ਉਹਦੀ ਬਾਂਹ ਫੜੀ। ਉਹ ਗਰੀਬ ਦੀ ਵਿਚਾਰੇ ਦੀ, ਉਹ ਕੀ ਸਾਡੇ ਬਾਰੇ ਰਿਸ਼ਤੇਦਾਰਾਂ ਬਾਰੇ ਕੀ ਸੋਚੂਗਾ ਵੀ ਮੇਰੇ ਸਾਰੇ ਭੈਣ ਭਰਾ ਇੱਕੋ ਜਿਹੇ ਹੋ ਗਏ, ਕੋਈ ਨਹੀਂ ਮੇਰੇ ਦੁੱਖ ਵੇਲੇ ਲੱਗਿਆ ਲੱਗ ਗਏ। ਤੁਸੀਂ ਆਪ ਦੇ ਬੁਰੇ ਬਣੇ ਹੀ ਬਣੇ, ਨਾਲ ਮੈਨੂੰ ਵੀ ਬਣਾਇਆ ਬਣਾਇਆ ਇੱਥੇ ਤੇਰੇ ਵਰਗੀਆਂ ਕਈ ਤੁਰੀਆਂ ਫਿਰਦੀਆਂ ਇੱਥੇ ਲੈ ਕੇ। ਇਹ ਨਹੀਂ ਉਂਗਲੀ ਸੁਧਰ ਦਿੰਦੇ ਸਾਂ ਤੈਨੂੰ ਮੈਂ, ਇਹ ਸਾਡੇ ਭਾਂਡੇ ਵਿੱਚ, ਕੱਲ੍ਹ ਨੂੰ ਇਹ ਤੋਂ ਪਹਿਲਾਂ ਇਹਨੂੰ ਕੱਢੋ ਇੱਥੋਂ। ਗੋਰੇ ਤੂੰ ਕਿਉਂ ਪੁੱਤ ਵਿੱਚ ਲੀੜੇ ਪਾਉਣ ਡਿਆ ਬੈਗ ਦੇ? ਚੱਲੀ ਹੋਣਾ ਕੋਈ, ਤੈਨੂੰ ਕਹਿਣ ਤੇ ਡਿਆਂ ਚੱਲ ਜਾਣਾ ਮੈਂ। ਤੂੰ ਵੀ ਫਿਰ ਉਹੀ ਜਿਹਦੀ ਫੜ ਲਈ ਆ ਵੀ ਚੱਲ ਹੀ ਜਾਣਾ ਵਾ। ਮੈਂ ਵੀ ਤੇ ਹੈ ਹੀ ਆ ਜਿਹੜੀ ਇੱਥੇ ਰਹਿੰਦੀ ਆ, ਮੇਰੇ ਕਿ ਤਾਂ ਕਿੰਨੀਆਂ ਕੁ ਕਹਿੰਦੇ ਆ ਤੇ ਕਿੰਨੀਆਂ ਕੁ ਮੈਂ ਸੁਣਦੀ ਆ। ਉਹ ਨਹੀਂ ਨਹੀਂ, ਮੈਂ ਕਿਹੜਾ ਗੁੱਸਾ ਕੀਤਾ ਵਾ, ਮੈਂ ਤੁਹਾਨੂੰ ਦੱਸਣ ਤੇ ਡਿਆ ਵਾਂ ਕਿ ਉਦਾਂ ਨੂੰ ਜੀਅ ਜਾਂ ਨਹੀਂ ਲੱਗਣ ਡਿਆ। ਹੈ ਤੇ ਸਹੀ ਆ, ਜੇ ਹੋਰ 2 ਦਿਨ ਰੁਕ ਜਾਂਦਾ ਤੇ ਚੱਲ ਮੈਂ ਤੈਨੂੰ ਆਪ ਛੱਡ ਕੇ ਆਉਂਦੀ ਤੇ ਉਹਨਾਂ ਨੂੰ ਵੀ ਚਾਅ ਹੁੰਦਾ। ਤੇ ਫਿਰ ਕੀ ਆ, ਮੈਂ ਫੇਰ ਆ ਜਾਊਂਗਾ, ਨਾਲੇ ਤੁਸੀਂ ਆਇਆ ਤੇ ਰਿਹੋ 2 ਦਿਨ ਹੁਣ। ਚੱਲ ਫਿਰ ਵੇਖ ਲੈ ਪੁੱਤ, ਜੇ ਜਾਣਾ ਤੇ ਤੇਰੀ ਮਰਜ਼ੀ। ਫਿਰ ਤੇ ਫੁੱਫੜ ਕਿੱਥੇ? ਉਹ ਉਧਰ ਹੀ ਆ, ਸੈੱਡ ਵੱਲ ਹੀ ਆ। ਚਲੋ ਫਿਰ ਦੱਸ ਦਿਓ ਉਹਨਾਂ ਨੂੰ ਵੀ ਚੱਲ ਗਿਆ, ਉਹਨੂੰ ਆਪੇ ਪਤਾ ਲੱਗ ਜਾਣਾ ਮੈਂ ਕਿ ਫੁੱਫੜ ਦਾ ਕੀਤੀਆਂ। ਚਲੋ ਠੀਕ ਆ, ਚੱਲ ਚੰਗਾ ਪੁੱਤ। ਏਦਾਂ ਨਾ ਕਰੋ ਹੁਣ, ਕੋਈ ਨਹੀਂ ਮੈਂ ਗੁੱਸੇ ਨਹੀਂ ਆ। ਜਿੱਦਣ ਦਾ ਮੁੰਡਾ ਘਰੋਂ ਗਿਆ ਵਾ ਘਰ 'ਚ ਤੇ ਰਾਣ ਹੀ ਪੈ ਗਈ ਆ। ਕੀ ਕਰਨਾ ਬੀਜੀ, ਕਰਮਾਂ ਦੇ ਹਿਸਾਬ ਕਿਤਾਬ। ਮੈਂ ਕਦੀ ਸੋਚਿਆ ਹੀ ਨਹੀਂ ਵੀ ਇਦਾਂ ਦੇ ਦਿਨ ਵੀ ਆਉਣਗੇ। ਮੈਂ ਤੇ ਇੱਕ ਗੱਲ ਆਨੀ ਆ। ਕਿਹੜੀ ਬੀਜੀ? ਮੈਂ ਕਿਹਾ ਇਹਦਾ ਪਾਸਪੋਰਟ ਬਣਾਈਏ, ਕਿਤੇ ਬਾਹਰ ਦੇ ਮੁਲਕ ਭੇਜ ਦਈਏ। ਬੀਜੀ ਇੱਦਾਂ ਸੋਚਿਆ ਤਾਂ ਨਹੀਂ ਕਦੀ। ਚਲੋ ਇਹਦੇ ਜੋਗੀ ਜ਼ਮੀਨ ਹੈਗੀ ਸੀ, ਨਾਲ ਦੀ ਨਾਲ ਕੋਈ ਦੁਕਾਨ ਦਕੂਨ ਪਾ ਦਿੰਦੇ ਤੇ ਇੱਥੇ ਕੋਈ ਕੰਮ ਕਾਰ ਕਰ ਲੈਂਦਾ। ਇਕੱਲਾ ਇਕੱਲਾ ਹੈਗਾ ਵਾ, ਅੱਜ ਕੱਲ੍ਹ ਧੀਆਂ ਪੁੱਤ ਬਾਹਰ ਭੇਜ ਦੀਏ ਤੇ ਬਾਹਰ ਤੇ ਹੀ ਹੋ ਕੇ ਰਹਿ ਜਾਂਦੇ ਆ ਤੇ ਅਸੀਂ ਫਿਰ ਇੱਥੇ ਕੀ ਕਰਨਾ ਸੀ ਪੁੱਤ? ਪਰ ਹੁਣ ਦਿਨ ਇੱਦਾਂ ਦੇ ਆ ਗਏ ਆ ਵੀ ਮੇਰੇ ਵੀ ਦਿਲ 'ਚ ਆਉਣ ਡਈ ਸੀ ਵੀ ਗੌਰਵ ਨੂੰ ਕਿਤੇ ਬਾਹਰ ਅੰਦਰ ਸੈੱਟ ਕਰ ਦਈਏ, ਦਿਲ 'ਚ ਦਬਕਾ ਜਿਹਾ ਬਹਿ ਗਿਆ। ਗੱਲ ਸੁਣ ਤੂੰ, ਆਨੀ ਆ ਗੱਲ ਨਾਲ ਲਾ ਛੱਡਾਂ, ਗੱਲ ਨਾਲ ਪੁੱਤ ਨਹੀਂ ਲਾਏ ਜਾਂਦੇ ਹੁੰਦੇ, ਬਾਹਰ ਕਮਾਈਆਂ ਕਰਨ ਫੇਰ ਹੀ ਘਰ ਦੇ ਕੁਛ ਬਣਦਾ ਵਾ, ਨਾਲੇ ਚੰਗੇ ਕੰਮਾਂ ਤੇ ਲੱਗ ਜੂ, ਚੰਗੇ ਕੰਮ ਕਰੂਗਾ। ਇੱਥੇ ਢਾਣੀਆਂ 'ਚ ਬਹਿਣਾ ਫੇਰ ਕਿੱਦਾਂ? ਮੁੰਡੇ ਜਾਣ ਡਏ ਬਾਹਰ, ਉਹੀ ਮਾਵਾਂ ਦੇ ਪੁੱਤ ਆ ਜਿਹੜੇ ਗਏ ਆ, ਤੇ ਮੈਂ ਨਹੀਂ ਕਲਾ ਦੋ, ਮੇਰੀ ਮਨੋ ਕਲਾ ਦੋ। ਮੇਰੀ ਤਾਂ ਕੁਛ ਸਮਝ 'ਚ ਨਹੀਂ ਆਉਂਦਿਆ, ਕੀ ਕਰਾਂ ਤੇ ਕੀ ਨਾ ਕਰਾਂ।
ਲੋਕਾਂ ਦੇ ਕੱਲੇ ਕੱਲੇ ਜਾਂਦੇ ਨਹੀਂ ਪਤਾ। ਗੌਰਵ ਪਾਪਾ ਲੈ ਆਉਂਦੇ ਪਾਣੀ ਲਿਆ ਨਹੀਂ ਪਾਣੀ ਨੀ ਪੀਣਾ ਠੀਕ ਆ ਹਾਂਜੀ ਸਾਰੇ ਠੀਕ ਠਾਕ ਬਹਿ ਜਾ ਚਲ ਜੀ ਲਗਾ ਰਿਹਾ ਮੈਂ ਜੀ ਹਾਂਜੀ ਲੱਗ ਹੀ ਗਿਆ ਸੀ ਹੁਣ ਫਿਰ ਮੈਂ ਵੀ ਰਹਿ ਰਿਹਾ ਗਿਆ ਤੇ ਅੰਦਰ ਰੱਖ ਗਿਆ ਸੁਣ ਸੇਵਾ ਸੁਵਾ ਕਰਦੀ ਪੂਰਾ ਹਾਂਜੀ ਹਾਂਜੀ ਤੇਰਾ ਕਰਦੇ ਆ ਜੀ ਠੀਕ ਹੈ ਹਾਂਜੀ ਹਾਂਜੀ ਸਾਰੇ ਠੀਕ ਠਾਕ ਆ ਪਾਪਾ ਪਾਪਾ ਗਏ ਕਿ ਤੇ ਆ ਜਾਂਦੇ